सब्सक्राइब कीजिए हमारे बिघाट इंडिया चैनल को और घंटी के आइकन को दबाकर सबसे पहले कृषि संबंधी वीडियो को देखें। किसान वीरों, आप भाई साहब उन्होंने पूरा जंदा प्रोडक्ट एक लगाया होया है ते आज जैसे इन्हों के खेत बेच आए हैं और ये परफॉर्मेंस देखने वास्ते कि कितना वो परफॉर्म कर रहे हैं ते की नतीजे और आ रहे हैं। वीर जी आज की लाया तुसी खेत दे विच? ये सारा ही फैट बॉय बीजा होया वा, मान लो हो चले महीने तो कुछ दिन उपर हो चले। ओके, कुछ दिन ही उपर हुए मतलब रिजल्ट इन्ना का, मतलब इस पट्ठे पत्ता ज़्यादा एक तो एक ग्रोथ ज़्यादा इस चीज़ की, मतलब अगर बीज दे अगे तो भी चढ़ा वा, पर रिजल्ट सू अगे बेहतर लगा। किन्ना बीज पाया से वीर जी तुम्हें ये सारा ही जो छिट्टे ना बीजा वा वो तो अं पाया वा 6 किलो 6 किलो अद्धे किले का धारणा होंगी है कि आम जिमीदार 30-40 किलो 20 किले का पाते हैं, वो कहते हैं 6-12 किलो किले का पाने बूटे बिरले हो जाएंगे। ਤੁਸੀਂ ਹੁਣ 12 ਕਿਲੋ ਬੀ ਪਾਇਆ ਆ, ਤੁਹਾਨੂੰ ਲੱਗਦਾ ਕਿਤੇ ਆ ਬੂਟੇ ਬਿਰਲੇ ਨੇ ਜਾਂ ਕੋਈ ਤਾਂ ਨਹੀਂ ਕੁਛ ਹੋ ਜਿਆਦੀ ਗਰੋਥ ਹੁਣ ਮੰਨ ਲਓ ਆ ਡਰੈਲਰ ਨਾਲ ਜਿਹੜੇ ਬੀਜੋ ਚ ਹੀ ਪਾਇਆ 5 ਕਿਲੋ ਸੋ ਗਏ ਇਹਦੇ ਨਾਲ ਉਹ 1 ਕਿਲੋ ਘੱਟ ਪਾਏ। ਅੱਛਾ, ਮਤਲਬ ਤੁਸੀਂ ਜਿਹੜਾ ਡਰੈਲ ਨਾਲ ਬੀਜਿਆ ਉਹਦੇ ਵਿੱਚ 1 ਕਿਲੇ ਦਾ ਤੁਸੀਂ 10 ਕਿਲੋ ਬੀ ਪਾਇਆ, ਇਹ ਤੁਹਾਡੇ ਹਿਸਾਬ ਨਾਲ 10 ਕਿਲੋ 20 ਕਿਲੇ ਦਾ ਬਹੁਤ ਵਧੀਆ। ਹੁਣ ਜ਼ਿਮੀਦਾਰਾਂ ਨੂੰ ਯਾਨੀ ਉਹ ਬੋਰੀਆਂ 40-40 ਕਿਲੋ ਵਾਲੀਆਂ ਚੱਕਣ ਦੀ ਲੋੜ ਨਹੀਂ ਹੈ, 10 ਕਿਲੋ ਦਾ ਪੈਕਟ ਲੈਣ ਆਪਣੇ ਤੇ ਖੇਤ ਚ ਲਗਾ ਦੇ। ਠੀਕ ਹੈ ਬਾਈ ਜੀ, ਤੇ ਤੁਸੀਂ ਹੋਰ ਕੀ ਪਾਇਆ ਇਹਦੇ ਉੱਤੇ? ਕੋਈ ਸਪਰੇਅ ਕੀਤੀ ਆ ਜਾਂ ਕੋਈ ਥੱਲੇ DAP ਕੋਈ ਖਾਦ ਪਾਈ ਹੈ? ਇਹਨਾਂ ਪੱਠਿਆਂ ਤੇ ਨਹੀਂ ਸਰ, DAP ਪਾਈ, ਮਤਲਬ ਡਰੈਲ ਵਾਲਾਂ ਚ DAP ਪਾਈ ਸੀ। ਮਤਲਬ ਮਹੀਨੇ ਦੇ ਵਿੱਚ ਫਸਲ ਆਪਣੀ ਤਕਰੀਬਨ 4.5-5 ਫੁੱਟ ਦੇ ਲਾਗੇ ਹੋ ਗਈ ਹੈ, 35 ਦਿਨਾਂ ਦੀ ਹੋਏਗੀ। 35 ਦਿਨ ਉਹ ਕਿਸਾਨ ਵੀਰੋ, ਜਿੱਦਾਂ ਕਿ ਵੀਰ ਜੀ ਹੋਰਾਂ ਨੇ ਦੱਸਿਆ ਕਿ 1 ਕਿਲੇ ਦਾ ਇਹਨਾਂ ਨੇ ਬੀਜ ਜਿਹੜਾ ਪਾਇਆ ਸਿਰਫ ਤੇ ਸਿਰਫ 12 ਕਿਲੋ ਇਸ ਖੇਤ ਦੇ ਵਿੱਚ ਪਾਇਆ ਆ, ਤੇ ਨਾਲ ਨਾਲ 35 ਦਿਨਾਂ ਦੇ ਵਿੱਚ ਫਸਲ ਆਪਣੀ 4.5-5 ਫੁੱਟ ਦੇ ਬਰਾਬਰ ਹੋ ਚੁੱਕੀ ਹੈ, ਤੇ ਹੋਰ 10 ਕੁ ਦਿਨਾਂ ਨੂੰ ਇਹ ਕਟਾਈ ਲਈ ਤਿਆਰ ਹੋ ਜਾਣੀ ਹੈ। ਇਹ ਜਿਹੜੀ ਫਸਲ ਹੈ ਇਹ 2 ਤੋਂ 3 ਬਹੁਤ ਵਧੀਆ ਕਟਾਈਆਂ ਦੇਵੇਗੀ, ਔਰ ਝਾੜ ਵੀ ਇਹਦਾ ਜਿਹੜੇ ਤੁਸੀਂ ਆਮ ਚੜੀ ਬਾਜਰੇ ਲਗਾਉਂਦੇ ਹੋ ਇਹਨਾਂ ਨਾਲੋਂ ਵਧੀਆ ਆਏਗਾ, ਅਤੇ ਜਦੋਂ ਵੀਰ ਜੀ ਹੁਣੀ ਕੱਟ ਲੈਣਗੇ ਆਪਾਂ ਇੱਕ ਵਾਰੀ ਫਿਰ ਇਹਨਾਂ ਦੇ ਖੇਤ ਵਿੱਚ ਆ ਕੇ ਇਹਨਾਂ ਤੋਂ ਪੁੱਛ ਲਵਾਂਗੇ ਕਿ ਬਈ ਇਹਦੇ ਕੀ ਰਿਜ਼ਲਟ ਇਹਨਾਂ ਨੂੰ ਆਏਗਾ। ਠੀਕ ਹੈ ਜੀ, ਇਹ ਕਟਾਈ ਕਦੋਂ ਕਰ ਸਕਦੇ, ਕਿੰਨੇ ਕੁ ਦਿਨਾਂ ਤੱਕ ਹੀ ਕਰ ਸਕਦੇ ਜਦੋਂ ਬਾਅਦ 12 ਫੁੱਟਣ ਦੇ? ਵੀਰ ਜੀ ਤੁਸੀਂ ਹੁਣ ਵੀ ਕਰ ਸਕਦੇ ਹੋ, ਇਹਦੀ 35 ਦਿਨਾਂ ਤੋਂ ਬਾਅਦ ਤੁਸੀਂ ਕਦੀ ਵੀ ਕਟਾਈ ਸ਼ੁਰੂ ਕਰ ਸਕਦੇ ਹੋ। ਆਮ ਜਿਹੜੀਆਂ ਮੱਕੀਆਂ ਹੁੰਦੀਆਂ ਨੇ ਉਹ 45 ਦਿਨਾਂ ਤੋਂ ਪਹਿਲਾਂ ਤਿਆਰ ਨਹੀਂ ਹੁੰਦੀਆਂ, ਇਹ 35 ਦਿਨਾਂ ਤੋਂ ਤੁਸੀਂ ਕਟਾਈ ਕਰ ਸਕਦੇ ਹੋ, ਅਤੇ ਕਟਾਈ ਬਸ ਥੱਲੇ ਉਹ 4 ਇੰਚ ਛੱਡ ਕੇ ਕਰਨੀ ਹੈ, ਉਸ ਤੋਂ ਬਾਅਦ ਫਿਰ 20 ਤੋਂ 25 ਦਿਨਾਂ ਬਾਅਦ ਇਹ ਕਟਾਈ ਲਈ ਤਿਆਰ ਹੋ ਜਾਂਦਾ। ਔਰ ਜਦੋਂ ਤੁਸੀਂ ਆਪਣੇ ਪਸ਼ੂਆਂ ਨੂੰ ਪਾਓਗੇ ਤੇ ਪਸ਼ੂ ਆਪੇ ਦੱਸੇਗਾ ਕਿ ਭਾਈ ਮੈਨੂੰ ਕੀ ਪਾਇਆ ਹੈ, ਉਹ ਤਾਂ ਪਤਾ ਆਪਾਂ ਨੂੰ। ਜਿਵੇਂ ਮੱਕੀ ਮੁੱਕੀ ਪਹਿਲਾਂ ਸਮੱਸਿਆ ਹੁੰਦੀ ਜਦੋਂ ਹਵਾ ਹੁਣ ਗਰਮ ਵਗਣ ਲੱਗ ਪੈਂਦੀ ਤਾਂ ਪੱਤਾ ਸੁੱਕੀ ਜਾਂਦਾ ਨਾ, ਥੱਲੋਂ ਪਾਣੀ ਹੋਣ ਲੱਗ ਪੈਂਦਾ, ਥੱਲੋਂ ਪਾਣੀ ਹੁੰਦਾ ਉਹ ਤੋਂ ਪੱਤਾ ਸੁੱਕੀ ਜਾਂਦਾ। ਇਹ ਚੀਜ਼ ਦਾ ਮਤਲਬ ਇਹਦਾ ਰਿਜ਼ਲਟ ਇੰਨਾ ਕਿ ਮਤਲਬ ਭਲਾ ਪਾਣੀ ਵੀ ਇੱਕਦਮ ਲੇਟ ਹੋ ਜੇ ਤਾਂ ਪੱਤਾ ਨਹੀਂ ਸੁੱਕਦਾ, ਨਹੀਂ ਤਾਂ ਹੁਣ ਜਿਵੇਂ ਧੁੱਪਾਂ ਦੇ ਸਾਈਡਾਂ ਤੋਂ ਹਵਾ ਨਾ ਵੇਰ ਕੇ ਪੱਠਾ ਸੁੱਕ ਜਾਂਦਾ ਇਹਨਾਂ ਦਿਨਾਂ 'ਚ ਆ ਕੇ, ਹੁਣ ਵੱਟ ਦੇ ਨਾਲ ਨਾਲ ਐਨ ਸਾਰੇ ਉਵੇਂ ਪੱਠੇ ਖੜੇ। ਇਹਨਾਂ ਦਿਨਾਂ ਪੱਠਿਆਂ ਨੂੰ ਆਪਾਂ ਨੂੰ ਕਿੰਨੇ ਦਿਨ ਹੋ ਚੱਲਿਆ ਜੀ? ਆਪਣੀ ਜਦੋਂ ਇੱਕ ਵਾਰੀ ਫਿਰ ਆਵਾਂਗੇ ਤੁਹਾਨੂੰ ਪੁੱਛਾਂਗੇ ਤੁਹਾਡੇ ਪਸ਼ੂਆਂ ਨੂੰ ਕਿਵੇਂ ਦਾ ਲੱਗਾ, ਤੁਹਾਨੂੰ ਕੀ ਇਹਦਾ ਰਿਜ਼ਲਟ ਮਿਲਿਆ ਹੈ। ਠੀਕ ਹੈ ਜੀ, ਫਿਰ ਆਪਾਂ ਡਿਸਕਸ। अगर आपको ये वीडियो पसंद आए तो लाइक करें, शेयर करें और सब्सक्राइब करें बिघाट इंडिया चैनल को।